ਸਾਤ ਸੰਗਤ ਤੁਸੀਂ ਵੇਖ ਹੀ ਰਹੇ ਹੋ ਕੁਝ ਦਿਨਾਂ ਤੋਂ ਕਤਲ ਦਾ ਸੱਚ ਕੀ ਹੈ ਕਿਉਂ ਕਤਲ ਹੋਇਆ ਉਸ ਬੱਚੇ ਦਾ 3 ਸਾਲ ਦਾ ਬੱਚਾ ਗੁਰਸੇਵਕ ਸਿੰਘ ਉਸ ਦੇ ਕਤਲ ਪਿੱਛੇ ਕੁਝ ਡੂੰਘੀਆਂ ਸਾਜ਼ਿਸ਼ਾਂ ਨੇ ਇਸ ਵਿਸ਼ੇ ਤੇ ਮੈਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਸੋ ਪਿਆਰਿਓ ਗੁਰੂ ਕਿਰਪਾ ਸਦਕਾ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਵੇਖ ਰਹੇ ਹੋ ਤਰਨ ਤਾਰਨ ਦੇ ਵਿੱਚ ਕਈ ਦਿਨਾਂ ਤੋਂ ਮਾਹੌਲ ਜਿਹੜਾ ਉਹ ਨਾਜ਼ੁਕ ਬਣਿਆ ਹੋਇਆ ਹੈ ਛੋਟੇ ਜੇ ਬੱਚੇ ਦਾ ਕਤਲ ਹੋ ਜਾਂਦਾ ਛੋਟੇ ਜੇ ਬੱਚੇ ਨੂੰ ਮਾਰ ਦਿੱਤਾ ਜਾਂਦਾ ਉਹਦਾ ਪਿਓ ਹੀ ਉਹਦਾ ਕਾਤਲ ਬਣ ਜਾਂਦਾ ਉਹਦਾ ਪਿਓ ਹੀ ਉਹਦਾ ਕਾਤਲ ਹੈ। ਉਹਦੀ ਮਾਂ ਦੱਸਦੀ ਹੈ। ਉਹਦੀ ਭੈਣ ਬਿਆਨ ਦਿੰਦੀ ਹੈ, ਪਰਿਵਾਰ ਵਾਲੇ ਉਸ ਦੇ ਖਿਲਾਫ ਨੇ। ਹੁਣ ਤੁਸੀਂ ਦੱਸੋ ਜੀ ਉਸ ਮਾਂ ਦਾ ਕੀ ਕਸੂਰ ਹੈ? ਇੱਕ ਬਾਪ ਨੇ ਆਪਣੇ ਹੀ ਪੁੱਤਰ ਨੂੰ ਮਾਰਤਾ। ਇਹ ਤੋਂ ਵੱਡਾ ਘੋਰ ਕਲ ਜੋ ਕੀ ਹੋਊਗਾ? ਹੁਣ ਘਰ ਦੇ ਵਿੱਚ ਪਤੀ-ਪਤਨੀ ਦੇ ਵਿੱਚ ਲੜਾਈ ਹੈ। ਦੋਨੇ ਜੀਆਂ ਦੀ ਆਪਸੀ ਲੜਾਈ ਐ ਤੇ ਬੱਚੇ ਨੂੰ ਕਿਉਂ ਮਾਰਿਆ ਗਿਆ ਨਾਲੇ ਚਲੋ ਜੇ ਵੱਡਾ ਹੁੰਦਾ ਗੱਲ ਸਮਝ ਵੀ ਪੈਂਦੀ ਸੀ ਪਰ ਉਹ ਤਾਂ 3 ਸਾਲ ਦਾ ਮਾਸੂਮ ਐ ਉਹਦਾ ਕੀ ਕਸੂਰ ਐ ਜੀ ਹੁਣ ਕਈ ਕਹਿੰਦੇ ਜੀ ਉਹਦੀ ਲਿਖੀ ਹੋ ਐ ਸੀ ਤੇ ਮੈਂ ਬੇਨਤੀ ਕਰਾਂ ਆਪਣੇ ਨਾਲ ਕੋਈ ਹਾਦਸਾ ਵਾਪਰ ਜੇ ਮੋੜ ਕੇ ਆਪਾਂ ਕਹਿੰਦਾਂਗੇ ਵੀ ਉਹ ਸਾਡੀ ਤਾਂ ਲਿਖੀ ਹੋ ਐ ਸੀ ਜੀ ਤਾਂ ਹੋ ਗਿਆ ਅਸੀਂ ਕਿਸੇ ਨੂੰ ਜ਼ਿੰਮੇਵਾਰ ਥੋੜਾ ਠਹਿਰਾ ਰਹੇ ਆ ਉਦੋਂ ਕਹੋਗੇ ਤੁਸੀਂ ਦੂਜੀ ਗੱਲ ਠੀਕ ਹੈ ਚਲ ਜੇ ਉਸਦੇ ਲਿਖੀ ਸੀ ਉਹਦੇ ਬਾਪ ਨੂੰ ਅੱਜ ਸਜ਼ਾ ਹੋਣੀ ਹੈ ਸਜ਼ਾ ਹੋ ਜੂਗੀ ਪਰ ਇੱਕ ਗੱਲ ਸੋਚੋ ਬੱਚੇ ਦਾ ਕਤਲ ਉਹਨੇ ਕਿਉਂ ਕੀਤਾ ਕਿਉਂ ਨਹੀਂ ਕੀਤਾ ਇਸ ਬਾਰੇ ਆਪਾਂ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਪਰ ਉਸ ਮਾਂ ਦਾ ਕਸੂਰ ਕੋਈ ਨਹੀਂ ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ ਉਹਦਾ ਸਾਰਾ ਜੀਵਨ ਬਰਬਾਦ ਹੋ ਗਿਆ ਸਾਰੀ ਉਮਰ ਦਾ ਕਲੰਕ ਲੱਗ ਗਿਆ ਦੂਜੀ ਗੱਲ ਉਹਨੇ ਬੱਚੇ ਦਾ ਕਤਲ ਕਰਤਾ ساری ਉਮਰ ਬੈਠਾ ਜੇਲ੍ਹ ਦੇ ਵਿੱਚ ਪਛਤਾਏਗਾ ਕਿਉਂ ਕਰ ਦਿੱਤਾ ਜਿਹੜਾ ਮਸੂਮ ਦੁਨੀਆ ਤੋਂ ਚਲਿਆ ਗਿਆ ਚਲਿਆ ਗਿਆ ਉਹ ਤਾਂ ਪਤਾ ਨਹੀਂ ਕਿਹੜੇ ਰਾਹ ਚਲਿਆ ਗਿਆ ਕਿਧਰ ਮਾਲਕ ਲੈ ਗਿਆ ਦੂਜੀ ਬੇਨਤੀ ਪਛਤਾਵਾ ساری ਉਮਰ ਰਹੂਗਾ ਜਿੰਨੀ ਦੇਰ ਜ਼ਿੰਦਗੀ ਰਹੂਗੀ ਉੰਨੀ ਦੇਰ ਰਹੂਗਾ ਚਲੋ ਜੇ ਮਿੰਟ ਦੋ ਮਿੰਟ ਦਾ ਗੁੱਸਾ ਵੀ ਸੀ ਪਰ ਬੱਚੇ ਤੇ ਥੋੜਾ ਕੱਢਣਾ ਸੀ ਜੇ ਬੱਚੇ ਤੇ ਗੁੱਸਾ ਕੱਢਿਆ ਹੁਣ ساری ਉਮਰ ਪਛਤਾਊਗਾ ਮੌਤ ਨਾਲੋਂ ਬੁਰਾ ਕਿਨੇ ਪਛਤਾਵਾ ਹੁੰਦਾ ਤੇ ਪਛਤਾਵੇ ਤੋਂ ਮਾੜੀ ਹੁੰਦੀ ਹੈ ਭੁੱਖ ਤੇ ਭੁੱਖ ਦੇ ਵਿੱਚ ਬੰਦਾ ਆਪਣੇ ਸਰੀਰ ਨੂੰ ਤਿਲ-ਤਿਲ ਕਰਕੇ ਮਰਦਾ ਦੇਖਦਾ ਤੇ ਪਛਤਾਵਾ ਵੀ ਇਹੋ ਜਿਹਾ ਉਹਦੇ ਵਿੱਚ ਤਿਲ-ਤਿਲ ਕਰਕੇ ਮਰਨਾ ਪੈਂਦਾ ਨਾ ਕਰਦਾ ਰੁਕ ਜਾਂਦਾ ਰੁਕ ਜਾਂਦਾ ਬੰਦੇ ਨੂੰ ਇਹੋ ਹੀ ਆਵਾਜ਼ਾਂ ਆ ਕੇ ਅੰਦਰੋਂ ਸਤਾਉਂਦੀਆਂ ਰਹਿੰਦੀਆਂ ਨੇ ساری ਜ਼ਿੰਦਗੀ ਉਹ ਪਛਤਾਵਾ ਪਰ ਮੈਂ ਬੇਨਤੀ ਕਰਾਂ ਚਲੋ ਉਹਨੇ ਉਹਦੇ ਬਾਪ ਨੇ ਪਛਤਾਵਾ ਕਰ ਲਿਆ ਕਹਿੰਦਾ ਮੈਨੂੰ ਪਛਤਾਵਾ ਹੈ ਉਹਦੀ ਮਾਂ ਨੇ ਪਛਤਾਵਾ ਕਰ ਲਿਆ ਕਿ ਨਹੀਂ ਮੈਨੂੰ ਬਹੁਤ ਵੱਡਾ ਪਛਤਾਵਾ ਹੈ ਮੈਂ ਉਸ ਦਿਨ ਆਪਣੇ ਪੁੱਤ ਨੂੰ ਘਰੇ ਨਹੀਂ ਰੱਖ ਸਕੀ ਚਲੋ ਇਹ ਬਹੁਤ ਸਾਰੀਆਂ ਗੱਲਾਂ ਨੇ ਆਪਾਂ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਅਸੀਂ ਲੈ ਜਾਂਦੇ ਆਕਾਸ਼ ਇਹ ਨਾ ਹੁੰਦਾ ਆਕਾਸ਼ ਦੋ ਦਿਨ ਟਲ ਜਾਂਦੀ ਔਲੀ ਤੇ ਜਾਂ ਫਿਰ ਉਸ ਦਿਨ ਸਕੂਟਰ ਮੋਟਰਸਾਈਕਲ ਹੀ ਪੈਂਚਰ ਹੋ ਜਾਂਦਾ ਉਹ ਘਰੋਂ ਹੀ ਨਾ ਜਾਂਦੇ ਬਹੁਤ ਸਾਰੀਆਂ ਗੱਲਾਂ ਬਣ ਜਾਂਦੀਆਂ ਨੇ ਬਾਅਦ ਵਿੱਚ ਬਹੁਤ ਸਾਰੀਆਂ ਜਿੰਨੇ ਮੂੰਹ ਨਹੀਂ ਗੱਲਾਂ ਹੋ ਜਾਂਦੀਆਂ ਨੇ ਸਾਥ ਸੰਗਤ ਇੱਥੇ ਮੈਂ ਬੇਨਤੀਆਂ ਤਾਂ ਕਰਕੇ ਸਾਂਝੀਆਂ ਕਰ ਰਿਹਾ ਇੱਕ ਚੀਜ਼ ਜਰਾ ਜ਼ਰੂਰ ਸਮਝ ਲਿਓ ਉਹਨਾਂ ਨੇ ਪਛਤਾਵਾ ਕਰ ਲਿਆ ਉਸ ਬੰਦੇ ਨੇ ਵੀ ਮੈਂ ਮਾਰਿਆ ਜੀ ਮਾਰਤਾ ਗੁੱਸੇ ਚ ਕੋਈ ਗੱਲ ਨਹੀਂ ਪਛਤਾਵਾ ਕਰ ਲਿਆ ਪਰ ਸਜ਼ਾ ਦਾ ਹੱਕਦਾਰ ਤੇ ਫਿਰ ਵੀ ਆ ਕੁਝ ਲੋਕ ਇਥੇ ਪਛਤਾਵਾ ਹੀ ਨਹੀਂ ਕਰਦੇ ਜੀ ਮੈਂ ਬੇਨਤੀ ਕਰਾਂ ਗੁਰੂ ਘਰਾਂ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰਾਉਣਗੇ ਫਲਾਣਾ ਜੀ ਟਿਕੜਾ ਜੀ ਐਂ ਜੀ ਅਸੀਂ ਐ ਕੀਤਾ ਉਹ ਕੀਤਾ ਤੇ ਆਪਣੀਆਂ ਧੀਆਂ ਨੂੰ ਨਿੱਤ ਕੋਖ ਦੇ ਵਿੱਚ ਉਹ ਕਤਲ ਕਰਦੇ ਨੇ ਉਹਨਾਂ ਨੇ ਕਦੇ ਪਛਤਾਵਾ ਕੀਤਾ ਅਜੋ ਲੋਕ ਵੀ ਕਹਿੰਦੇ ਨੇ ਉਹ ਤਾਂ ਜਿਵੇਂ ਹੋਣੀ ਸੀ ਜੀ ਓਵੇਂ ਹੋ ਗਈ ਇਹ ਸਜ਼ਾ ਮਿਲਣੀ ਚਾਹੀਦੀ ਹੈ ਜੀ ਐ ਹੋ ਕਰਤਾ ਜੀ ਤੁਸੀਂ ਕਿਦਣ ਸਜ਼ਾ ਭੁਗਤੋਗੇ ਕਿਦਣ ਸਜ਼ਾ ਦੇ ਹੱਕਦਾਰ ਬਣੋਗੇ ਜਿਹੜੇ ਤੁਸੀਂ ਅਨੇਕਾਂ ਹੀ ਕਤਲ ਕਰ ਦਿੱਤੇ ਕੁੱਖਾਂ ਦੇ ਵਿੱਚ ਧੀਆਂ ਨੂੰ ਮਾਰ ਦਿੱਤਾ ਕੁੱਖਾਂ ਦੇ ਵਿੱਚ ਧੀਆਂ ਨੂੰ ਖਤਮ ਕਰ ਦਿੱਤਾ ਤੁਸੀਂ ਕਿਸ ਦਿਨ ਸਜ਼ਾ ਦੇ ਹੱਕਦਾਰ ਬਣੋਗੇ ਕਿਸ ਦਿਨ ਸਜ਼ਾਵਾਂ ਲਓਗੇ ਕਿਸ ਦਿਨ ਤੁਹਾਡੀਆਂ ਸਜ਼ਾਵਾਂ ਮਿਲਣਗੀਆਂ ਕਿਸ ਦਿਨ ਤੁਸੀਂ ਸਜ਼ਾਵਾਂ ਭੁਗਤੋਗੇ ਕਿਸ ਦਿਨ ਤੁਸੀਂ ਸਜ਼ਾਵਾਂ ਦੇ ਹੱਕਦਾਰ ਬਣੋਗੇ ਕਿਸ ਦਿਨ ਕਿਵੇਂ ਤੁਹਾਨੂੰ ਸਜ਼ਾਵਾਂ ਮਿਲਣ ਗਿਆ ਕਿਵੇਂ ਤੁਸੀਂ ਸਜ਼ਾਵਾਂ ਭੁਗਤੋਗੇ ਪਰ ਨਹੀਂ ਅਸੀਂ ਸਮਝ ਨਹੀਂ ਰਹੇ ਸਾਡੀ ਸਿਹਤ ਤੇ ਕਿਸੇ ਪ੍ਰਕਾਰ ਦਾ ਕੋਈ ਅਸਰ ਨਹੀਂ ਹੈ ਅਸੀਂ ਕਿਸੇ ਗੱਲ ਨੂੰ ਸਮਝ ਹੀ ਨਹੀਂ ਰਹੇ ਆ ਅਸੀਂ ਕਿਸੇ ਗੱਲ ਨੂੰ ਨਹੀਂ ਸਮਝ ਰਹੇ ਸਾਧ ਸੰਗਤ ਇੱਥੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਸਮਝੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਸਮਝ ਲਈਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਝ ਲਿਆ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਚਾਰ ਲਿਆ ਪਰ ਮੈਂ ਫਿਰ ਬੇਨਤੀ ਕਰਾਂ ਪਿਆਰਿਓ ਸਾਨੂੰ ਇਹੋ ਹੀ ਪਤਾ ਨਹੀਂ ਲੱਗਿਆ ਕਿ ਆਖਰ ਅਸੀਂ ਮਾਫੀ ਮੰਗੀਏ ਤਾਂ ਕਿਵੇਂ ਮੰਗੀਏ ਤੇ ਕਾਦੀ ਮੰਗੀਏ ਸਾਨੂੰ ਮਾਫੀ ਮਿਲਣੀ ਕਿਵੇਂ ਆ ਕਿਸ ਚੀਜ਼ ਦੀ ਮਾਫੀ ਮਿਲਣੀ ਹੈ ਅਸੀਂ ਕਿਸ ਚੀਜ਼ ਦੀ ਮਾਫੀ ਮੰਗੀਏ ਅਸੀਂ ਤੇ ਧੀਆਂ ਦੇ ਕਤਲ ਕੁਖਾਂ ਚ ਕਰ ਦਿੱਤੇ ਅਸੀਂ ਧੀਆਂ ਨੂੰ ਮਾਰ ਦਿੱਤਾ ਤੇ ਸਾਨੂੰ ਮੁੰਡੇ ਚਾਹੀਦੇ ਨੇ ਧੀਆ ਘਰ ਦੇ ਵਿੱਚ ਹੋ ਗਈਆਂ 3-4 ਉਹਨਾਂ ਦੇ ਕਤਲ ਅਸੀਂ ਕਰ ਦਿੱਤੇ ਤੇ ਹਲੇ ਅਸੀਂ ਕਹਿੰਨੇ ਆ ਗੁਰੂ ਨਾਨਕ ਸਭ ਤੋਂ ਵੱਡਾ ਪਾਤਸ਼ਾਹ ਸਾਡੀ ਸੁਣਦੇ ਨਹੀਂ ਅਰਦਾਸ ਨਹੀਂ ਸੁਣਦੇ ਜੀ ਐ ਨਹੀਂ ਹੁੰਦਾ ਜੀ ਤੇ ਸੁਣਨਗੇ ਵੀ ਕਿਵੇਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਨਾਮ ਜਨਵੀਆਂ ਇੱਕ-ਇੱਕ ਦਿਨ ਦੀਆਂ ਕਾਦੇ ਕਰਕੇ ਵੀ ਉਹ ਕੁੜੀ ਐ ਉਹਨੂੰ ਕੂੜੇ ਦੇ ਢੇਰ 'ਚ ਸੁੱਟ ਜਾਂਦੇ ਨੇ ਹਰ ਧੀ ਆਪਣੇ ਲੇਖ ਨਾਲ ਲਿਖ ਕੇ ਲੈ ਕੇ ਆਉਂਦੀ ਹੈ ਹੋ ਸਕਦਾ ਧੀ ਤੁਹਾਨੂੰ ਸਾਂਭ ਲੈ ਪੁੱਤ ਦਾ ਅੱਜਕੱਲ੍ਹ ਭਰੋਸਾ ਨਾ ਕਰਿਓ ਯਾਨੀ ਪਤਾ ਨਸ਼ੇ 'ਚ ਟੋਨੋ ਕੇ ਕਿੱਥੇ ਉਹਦੀ ਮੌਤ ਹੋ ਜਾਏ ਇਹ ਮੈਂ ਸੱਚਾਈ ਬਿਆਨ ਕਰ ਰਿਹਾ ਭਾਵੇਂ ਕੁਝ ਲੋਕਾਂ ਨੂੰ ਇਸ ਚੀਜ਼ ਦਾ ਵਿਰੋਧ ਹੀ ਹੋਵੇ ਭਾਵੇਂ ਕੁਝ ਲੋਕ ਇਸ ਚੀਜ਼ ਤੇ ਆਪਣੀ ਸਹਿਮਤੀ ਨਾ ਬਣਾਉਣ ਬਣਾ ਪਾਉਣ ਕੁਝ ਲੋਕ ਭਾਵੇਂ ਕੁਝ ਵੀ ਬੋਲਣ ਕੁਝ ਵੀ ਕਹਿਣ ਪਰ ਇਸ ਚੀਜ਼ ਦੇ ਵਿੱਚ ਲਗਾਤਾਰ ਸੱਚਾਈ ਹੈ ਜੀ ਇਹ ਸੱਚਾਈ ਹੈ ਜੀ ਉਹ ਉਹ ਸੱਚਾਈ ਹੈ ਪਿਆਰਿਓ ਜਿਸ ਸੱਚਾਈ ਤੋਂ ਅਸੀਂ ਭੱਜ ਰਹੇ ਹਾਂ ਜਿਸ ਸੱਚਾਈ ਤੋਂ ਅਸੀਂ ਦੜ ਵੱਟ ਰਹੇ ਹਾਂ ਜਿਸ ਸੱਚਾਈ ਤੋਂ ਅਸੀਂ ਮੰਨਕਰ ਹੋ ਰਹੇ ਆ ਸੋ ਪਿਆਰਿਓ ਇਹ ਉਹ ਸੱਚਾਈ ਹੈ ਜਿਸ ਸੱਚਾਈ ਤੋਂ ਅਸੀਂ ਭੱਜ ਰਹੇ ਆ ਪਿਆਰਿਓ ਇਹ ਸੱਚਾਈ ਬਿਲਕੁਲ ਹੈ ਤੇ ਹਾਕਰਕਾਰ ਅਸੀਂ ਕਿੰਨਾ ਕੁ ਚਿਰ ਇਹਨਾਂ ਚੀਜ਼ਾਂ ਤੋਂ ਭੱਜਾਂਗੇ ਗੁਰੂ ਘਰਾਂ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰਾਉਨੇ ਆ ਅਸੀਂ ਸਰਬੱਤ ਦਾ ਭਲਾ ਜੀ ਐ ਹੋ ਜੇ ਜੀ ਉਹ ਹੋ ਜੇ ਜੀ ਪਰ ਅਸੀਂ ਆਪਣੇ ਗੁਨਾਹਾਂ ਦਾ ਕਦੇ ਪਛਤਾਵਾ ਤਾਂ ਨਹੀਂ ਕੀਤਾ ਛੋਟੀਆਂ-ਛੋਟੀਆਂ ਬੱਚੀਆਂ ਨੂੰ ਮੈਂ ਬੇਨਤੀ ਕਰਾਂ ਇੱਕ ਬੱਚੀ ਨੂੰ ਕੋਈ ਝਾੜੀਆਂ ਦੇ ਵਿੱਚ ਸੁੱਟ ਗਿਆ ਜੀ ਨਵਜਨਮੀ ਨੂੰ ਉੱਥੋਂ ਕਿਸੇ ਮਜ਼ਦੂਰ ਨੂੰ ਲੱਭ ਗਈ ਉਹਨੇ ਪੜ੍ਹਾਈ ਲਿਖਾਈ ਉਹਦੇ ਕਹਾ ਔਲਾਦ ਹੈ ਨਹੀਂ ਸੀ ਉਹਨੇ ਪੜ੍ਹਾਈ ਲਿਖਾਈ ਕੁੜੀ ਉਹ ਬੱਚੀ ਵੱਡੀ ਹੋ ਕੇ ਪੁਲਿਸ ਅਫਸਰ ਬਣ ਗਈ ਵੱਡੀ ਤੇ ਉਹਨੂੰ ਬਾਅਦ ਵਿੱਚ ਕਿਸੇ ਨੇ ਦੱਸਿਆ ਕਿ ਤੂੰ ਇਹਨਾਂ ਨੂੰ ਝਾੜੀਆਂ ਚੋਂ ਲੱਭੀ ਸੀ ਉਹ ਬੱਚੀ ਕਹਿੰਦੀ ਕੋਈ ਗੱਲ ਨਹੀਂ ਜਿਹੜੇ ਮੈਨੂੰ ਝਾੜੀਆਂ ਚੋਂ ਸੁੱਟ ਗਏ ਮੇਰੇ ਉਹ ਨਹੀਂ ਸੀ ਇਹ ਮੇਰੇ ਨੇ ਜਿਨ੍ਹਾਂ ਨੇ ਮੈਨੂੰ ਝਾੜੀਆਂ ਚੋਂ ਚੁੱਕ ਕੇ ਪਾਲ ਲਿਆ ਤੇ ਆਖਰਕਾਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਬੱਚੀ ਝਾੜੀਆਂ ਚ ਸੁੱਟੀ ਸੀ ਇਹ ਸਾਡੀ ਹੈ ਉਹ ਲੈਣ ਆ ਗਏ ਜਦੋਂ ਪਤਾ ਲੱਗ ਗਿਆ ਜੀ ਪੁਲਿਸ ਅਫਸਰ ਬਣ ਗਈ ਉਹਨੇ ਬੱਚੀ ਨੇ ਚਪੇੜ ਮਾਰ ਕੇ ਘਰ ਤੋਂ ਬਾਹਰ ਕਰ ਤੇ ਕਿਨੇ ਭਗ ਜੋ ਤੁਸੀ ਮੇਰੇ ਕੁਛ ਨਹੀਂ ਲੱਗਦੇ ਕੁੜੀਆਂ ਨੂੰ ਸੁੱਟਣ ਵਾਲੇ ਯਾਦ ਰੱਖਿਓ ਧੀ ਆਪਣੇ ਕਰਮ ਨਾਲ ਲੈ ਕੇ ਆਉਂਦੀ ਐ ਲੜਕੀ ਹੋਣ ਤੇ ਸੋਗ ਨਾ ਪਾਇਆ ਕਰੋ ਖਾਸ ਕਰਕੇ ਬੀਬੀਆਂ ਜਿਆਦੇ ਰੋਂਦੀਆਂ ਹੁੰਦੀਆਂ ਨੇ ਸਾਧ ਸੰਗਤ ਅਸੀਂ ਕਿਦਣ ਮਾਫੀ ਮੰਗਾਂਗੇ ਇੱਕ ਮਾਸੂਮ ਦੇ ਕਤਲ ਤੇ ਅਸੀਂ ਵੱਖੋ ਵੱਖਰੀਆਂ ਪ੍ਰਕ੍ਰਿਆਵਾਂ ਦੇਤੀਆਂ ਫਲਾਣਾ ਜੀ ਠਿਕੜਾ ਜੀ ਪਰ ਸਾਡੇ ਗੁਨਾਹਾਂ ਦਾ ਸਾਨੂੰ ਖੁਦ ਹੀ ਨਹੀਂ ਪਤਾ ਵੀ ਅਸੀਂ ਕੀ ਕੀ ਕੀਤੇ ਨੇ ਸਾਧ ਸੰਗਤ ਯਾਦ ਰੱਖਿਓ ਪਰਮਾਤਮਾ ਸਭ ਦੇਖ ਰਿਹਾ ਮੈਂ ਇੰਨੇ ਸ਼ਬਦ ਕਹਿ ਕੇ ਮਾਫੀ ਮੰਗਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ